ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਇਹ ਸ਼ਬਦ ਅਸੀਂ ਮਨਪ੍ਰੀਤ ਸਿੰਘ ਜੀ ਕਾਨਪੁਰ ਜੀ ਦੀ ਕੰਪੋਜੀਸ਼ਨ ਵਿੱਚ ਕਰਾਂਗੇ। ਬਹੁਤ ਹੀ ਆਸਾਨ ਅਤੇ ਮਿੱਠੀ ਰੀਤ ਹੈ। ਆਓ ਜੀ ਵੇਖੀਏ ਇੱਕ ਵਾਰ ਸਥਾਈ। ਇਹ ਸ਼ਬਦ ਅਸੀਂ ਫੀਮੇਲ ਸਕੇਲ ਤੋਂ ਕਰਾਂਗੇ। ਵੇਖੋ, ਹਮ ਰੁਲਤੇ ਕੋਈ ਬਾਤ ਨਾ ਪੁੱਛਤਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤ ਗੁਰ ਸੰਗ। ਜੋ ਸੰਗ ਹੈ ਉਸਨੂੰ ਕਰਨਾ ਹੈ ਮੈਂ ਇਸ ਤਰ੍ਹਾਂ ਸੰਗ। ਇੱਕ ਵਾਰ ਫਿਰ ਵੇਖੋ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤ ਗੁਰ ਸੰਗ। ਕਿਰੇ ਹਮ ਥਾਪੇ ਗੁਰ ਸਤ ਗੁਰ ਸੰਗ, ਕਿਰੇ ਹਮ ਥਾਪੇ। ਇੱਕ ਵਾਰ ਸਲੋ ਵੇਖੋ ਸਤਾਈ। ਹਮ ਰੁਲਤੇ ਫਿਰਤੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤ ਗੁਰ ਸੰਗ। ਕਿਰੇ ਹਮ ਥਾਪੇ ਗੁਰ ਸਤ ਗੁਰ ਸੰਗ, ਕਿਰੇ ਹਮ ਥਾਪੇ। ਅੰਤਰਾ ਉੱਪਰਲੇ ਸਾਧੂ ਕਰਾਂਗੇ। ਜੋ ਹਮਰੀ ਬਿਤ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਣੋ ਆਪੇ। ਇੱਕ ਵਾਰ ਸਲੋ ਵੇਖੋ। ਜੋ ਹਮਰੀ ਬਿਤ ਹੋਤੀ ਮੇਰੇ ਸਤਿਗੁਰਾ, ਜੋ ਹਮਰੀ ਬਿਤ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰੇ। ਇੱਕ ਵਾਰ ਦੇਖੋ ਹਰ ਇਸ ਤਰ੍ਹਾਂ ਬੋਲਣਾ, ਹਰੇ ਜਾਣੋ ਆਪੇ ਸਾਬਿਦ ਤੁਮ ਹਰ ਜਾਣੋ ਆਪੇ। ਫਿਰ ਮੁੜ ਕੇ ਸਥਾਈ ਤੇ ਆ ਜਾਵਾਂਗੇ। ਹਮ ਰੁਲਤੇ ਫਿਰ ਕੋਈ ਬਾਤ ਨਾ ਪੁੱਛਤਾ, ਗੁਰ ਸਤ ਗੁਰ ਸੰਗ, ਕਿਰੇ ਹਮ ਥਾਪੇ ਗੁਰ ਸਤ ਗੁਰ ਸੰਗ, ਕਿਰੇ ਹਮ ਥਾਪੇ। ਇਸੇ ਤਰ੍ਹਾਂ ਹੀ ਨੈਕਸਟ ਅੰਦਰ ਗਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।